ਲੈ ਵੀ ਸੋਹਣਿਆ ਸੇਵਾ ਤੇ ਤੇਰੀ ਰੱਜ ਕੇ ਕੀਤੀ ਆ ਹੈ ਪੱਠੇ ਪੁੱਠੇ ਖਾਧੇ ਆ ਅੱਲਾ ਤੇਰੀ ਖੈਰ ਕਰੇ ਬਸ 2 ਸਾਲ ਹੋ ਗਏ ਤੈਨੂੰ ਸਾਂਭਦੇ ਆ ਸ਼ੇਰ ਆ ਮੇਰਾ ਸ਼ੇਰ ਓਏ ਆ ਪੱਠੇ ਤੇ ਸਾਰੇ ਡਿੱਗੇ ਆ ਇੱਧਰ ਵੇਖੋ ਖਿਆਲ ਕਰਿਆ ਕਰ ਕੁਝ ਉਧਰ ਵੇਖ ਕੀ ਹਾਲ ਹੋਇਆ ਆ ਓਏ ਜਿਹੜਾ ਪਰਲਾ ਆ ਨਾ ਪਿੱਛੇ ਹੋ ਸੋਣਾ ਰਿਹਾ ਪਰਲਾ ਆ ਉਹ ਜਿਹੜਾ ਪਰਲੇ ਪਾਸੇ ਬੰਨਿਆ ਖਾਓ ਜਗ੍ਹਾ ਕਿੱਦੀ ਪਈ ਆ ਉਧਰ ਲੈ ਜਾ सिला मिलना सारे पट्ठे सिटी जा रहे यार उधर वेखो तू इंसान बन जा मैं गुड्डू तेनू कहन डिया परले पासे कर दे सारे जिन्ने भी आ हाँ की है हाँ जी की है ये बच्चा भाजी केड़ा हाँ जी केड़ा बच्चा भाजी बच्चा आहा हाँ जी या कुर्बानी नहीं करी थी हाँ बच्चा माशाल्लाह जोड़ा जी है जेड़ा हाँ जी जोड़ा की मतलब अभी जोड़ा आ गया दो भी बच्चे आदि जोड़ी है ये री नल पाले ऐसी के दे है ये अपने ही है जी की खांड है ये जी गाचा खांड है गाचा हाँ जी हुकम करो भाजी है जी हुकम करो मैं आ गया मेरी जान है कादा अब अच्छा पसंद है तनु किड़ा आ जड़ा आ हाँ जी बच्चा है ये बच्चा जी अल्लाह दी रहमत दे नाल बच्चा ਇਹਦੇ ਚ ਕੀ ਹੈ ਗੋਸ਼ਤ ਆ ਇਹ ਚ ਗੋਸ਼ਤ ਹੀ ਆ ਜੀ ਗੋਸ਼ਤ ਆ ਅੱਲਾ ਦੀ ਰਹਿਮਤ ਦੇ ਨਾਲ ਬੱਚਾ ਵੇਖ ਲਓ ਤੁਸੀਂ ਤੂੰ ਵੇਖਿਆ ਮੈਂ ਅਸੀਂ ਤੇ ਪਾਲਣ ਰਹੇ ਆ ਸਰਕਾਰ ਅਸੀਂ ਨਹੀਂ ਵੇਖਣਾ ਤੇ ਕਿੰਨੇ ਵੇਖਣਾ ਬੱਚਾ ਬਸ ਬਸ ਆ ਕੀ ਹੈ ਹਾਂਜੀ ਆ ਇਹ ਸਿੰਘ ਆ ਭਾਜੀ ਕਿਉਂ ਹਾਂਜੀ ਕਿਉਂ ਇਹ ਬੱਚਿਆਂ ਦੇ ਸਿੰਘ ਹੁੰਦੇ ਆ ਜੀ ਕਿਹੜਾ ਬੰਦਿਆਂ ਦੇ ਹੁੰਦੇ ਆ ਭਾ तेनू दस देना ही फोड़ा कहते है तेनू नहीं दस दा मैनू तो पता यार तू केड़ियां गल्लां करन डिया भा लैणा बच्चा केड़ा आ जड़ा मैं हां जी मैं घरों बच्चा लेना है भाई तुसी आण के पुछे है की है मैं तुहानू कहा बच्चा ओ भाई कौन हाँ जी ओ चौरी साहब है जी मालक ने जी चौर साहब की गल की आ पता नहीं जी आ भाई उन्हां नू की गल आ हैं यही पुछी जांदा की आ ए कौन अलकम जी भाजी की हाल ठीक आ तबीयत सेहत ठीक तुहाडी नहीं की गल होई है दवाई खाना मैं अच्छा 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 अल्लाह तुहानू शिफा देवे जी ओया उन्हूं पाए पठे पाते ही पाते चौर साहब हाँ जी हाँ जी किधर आए हो कौन तुहाडी गल करदे भाजी मैं हाँ की खाना भाजी नूं पानी पूनी पिलाया काका तुसी ए तुहाडे आ हाँ जी ए मेरा माल आ जी सारा तुहाडा हाँ जी आ किहदा ए मुंडा आपां रखिया आ माल डंगरां दी हिफाजत वास्ते अच्छा आ की आ जिहड़ा ए बच्चा है जी ते आ ए भी बच्चा है दोनों ही बच्चे हाँ ए वड्डा आ ओ जरा छोटा आ गा मेरा मतलब गल दसो भी आते नहीं हो सकते ਤੁਸੀਂ ਕੱਪੜੇ ਸੁੱਕਣੇ ਪਾਉਣੇ ਆ ਤੁਸੀਂ ਕਿੱਦਾਂ ਦੀ ਗੱਲ ਕਰੀ ਜਾਣ ਡਏ ਆ ਵੀ ਸਿੰਘ ਜਿੱਦਾਂ ਦੇ ਉਹ ਜਿਸਮ ਦੇ ਹਿਸਾਬ ਦੇ ਨਾਲ ਸਿੰਘ ਹੁੰਦੇ ਜਿੱਦਾਂ ਭਾਜੀ ਜਾਨਵਰ ਉਹਦੇ ਸਿੰਘ ਹੁੰਦੇ ਆ ਨਹੀਂ ਦੋਨਾਂ ਦੇ ਇੱਕੋ ਜਿਹੇ ਕਿਉਂ ਆ ਸਿੰਘ ਦੋਨਾਂ ਦੇ ਇੱਕੋ ਜਿਹੇ ਹੁੰਦੇ ਆ ਜਦ ਹੈ ਹੀ ਭਾਜੀ ਇਹ ਇੱਕ ਮਾਂ ਦੇ ਆ ਜੇ ਥੋੜੇ ਜਿਹੇ ਸਿੰਘ ਵੱਡੇ ਕਰ ਦਿਓ ਫਿਰ ਤੁਸੀਂ ਭਾਜੀ ਜਾਨਵਰ ਲੈਣਾ ਜਾਂ ਇਕੱਲੇ ਸਿੰਘ ਲੈਣ ਆਏ ਹੈ ਸਹੀ ਹੈ ਸਹੀ ਤਾਂ ਹੈ ਉਹਦੇ ਨਾਲ ਚ ਕਿਹੜਾ ਕਰਨਾ ਹੈ ਇਹਨਾਂ ਦੇ ਵਿੱਚ ਕੀ ਹੈ ਇਹਨਾਂ ਦੇ ਵਿੱਚ ਭਾਜੀ ਕੱਪੜੇ ਰੱਖੇ ਆ ਕੱਪੜੇ ਚ ਗੋਸ਼ਤ ਹੀ ਹੁੰਦਾ ਹੈ ਹੋਰ ਇਹਨਾਂ ਵਿੱਚ ਕੀ ਹੁੰਦਾ ਆ ਸਹੀ ਹੈ ਔਰ ਗੋਸ਼ਤ ਵੀ ਅੱਲਾ ਦੀ ਮਿਹਰਬਾਨੀ ਤੁਹਾਡੀ ਸੋਚ ਤੋਂ ਜ਼ਿਆਦਾ ਹੋਏਗਾ ਭਾਜੀ
ਪਾਵੇ ਹੈਗੇ ਤੇ ਹਾਂਜੀ ਪਾਵੇ ਆ ਭਾਜੀ ਪਾਵੇ ਹੀ ਆ ਉਹ ਰੀਟਾ ਲਾਈਆਂ ਆ ਪਾਵਿਆਂ ਤੇ ਚੱਲਣ ਡਾਏ ਆ ਕਿਹੜੇ ਆ ਜਿਹੜੇ ਆ ਜਿਹੜੇ ਥੱਲੇ ਲੱਤਾਂ ਹਾਂਜੀ ਹਾਂਜੀ ਔਰ ਮਾਸ਼ਾਅੱਲਾ ਤੁਸੀਂ ਪਾਵਾ ਪੜ ਕੇ ਵੇਖ ਲਓ ਐਡਾ ਮੋਟਾ ਆ ਔਰ ਅਰੀਜਨਲ ਪਾਲੇ ਆ ਪੂਰਾ ਜਾਨਵਰ ਮਾਸ਼ਾਅੱਲਾ ਦੀ ਰਹਿਮਤ ਨਾਲ 8 ਮਣ ਪਕਾ 8 ਮਣ ਹਾਂਜੀ ਹਾਂਜੀ ਸਹੀ ਹੈ ਪੈਸੇ ਪੈਸੇ ਭਾਜੀ ਕਿੰਨੇ ਦੱਸੇ ਭਾਜੀ ਨੂੰ ਇਹਦਾ ਤੇ 7 ਲੱਖ ਰੁਪਇਆ ਕਹਿਣ ਡਿਆ ਜੀ 7 ਭਾਜੀ ਕਹੀ ਜੋ ਤੁਹਾਨੂੰ ਸਾਨੂੰ ਇਸ ਗੱਲ ਨਾਲ ਕੀ ਹੈ ਜਿੰਨਾ ਮਰਜ਼ੀ ਕਹੋ ਤੁਸੀਂ ਸਾਡੇ ਵੱਲੋਂ ਤੁਸੀਂ 7 ਕਰੋੜ ਕਹਿੰਦੇ ਨਹੀਂ ਨਹੀਂ ਅਸੀਂ ਭਾਜੀ 7 ਕਰੋੜ ਕਿਉਂ ਕਹਿਣਾ ਜਿੰਨੇ ਬੰਦੇ ਉਹਨੇ ਲੈਣੇ ਅੱਲਾਹ ਦੀ ਮਿਹਰਬਾਨੀ ਨਾਲ ਅੱਛਾ ਅੱਲਾਹ ਦੀ ਰਹਿਮਤ ਦੇ ਨਾਲ ਸੀਲ ਆ ਇਹ ਤੁਸੀਂ ਬੱਚੇ ਦੇ ਹੱਥ ਵੀ ਰੱਸੀ ਫੜਾ ਦਿਓ ਨਾ ਤੇ ਅੱਲਾਹ ਦੀ ਰਹਿਮਤ ਨਾਲ ਤੁਹਾਨੂੰ ਟੈਨਸ਼ਨ ਹੀ ਕੋਈ ਨਹੀਂ ਹੈਗੀ ਕਟਿੰਗ ਕਿੱਥੋਂ ਕਰਾਉਨੇ ਤੁਸੀਂ ਹੈ ਕਟਿੰਗ ਕਟਿੰਗ ਯਾਰ ਕਿਸੇ ਨਾਈ ਕੋਲ ਕਰਾਉਨੇ ਆ ਅਸੀਂ ਕਟਿੰਗ ਕਿੱਥੋਂ ਕਰਾਉਨੇ ਸਹੀ ਹੈ ਇਹ ਸਟਾਈਲ ਆ ਇਹ ਸਟਾਈਲ ਆ ਕੀ ਕਹਿੰਦੇ ਇਹਨੂੰ ਭਾਜੀ ਲੈਣ ਕੀ ਆਏ ਆ ਤੁਸੀਂ ਇਹਨੂੰ ਭਾਜੀ ਬੇਬੀ ਕਟਿੰਗ ਕਹਿੰਦੇ ਆ ਤੁਸੀਂ ਜਿਹੜੇ ਕੰਮ ਆਏ ਉਹ ਦੱਸੋ ਤੁਸੀਂ ਬੇਬੀ ਕਟਿੰਗ ਕੀ ਹੈ ਮੈਂ ਕੀ ਗੱਲ ਬਾਨੋ ਆ ਉਸਤਾਦ ਜੀ ਬੇਬੀ ਕਟਿੰਗ ਦੱਸੀ ਜਾਂਦਾ ਹੈ ਖਜਾਈ ਜਾਣ ਡਿਆ ਭਾਈ ਕਿ ਤੈਨੂੰ ਜਿਹੜਾ ਬੱਚਾ ਪਸੰਦ ਆ ਉਹਦੀ ਗੱਲ ਕਰ ਤੂੰ ਅੱਗੇ ਪੁੱਛੀ ਜਾਣਾ ਇਹਦੇ ਵਿੱਚ ਕੀ ਆ ਬੜੀ ਗਰਮੀ ਆ ਜਨਾ ਹੈ ਗਰਮੀ ਤੁਸੀਂ ਆਉਣਾ ਹੀ ਨਹੀਂ ਸੀ ਅੱਜ ਬੱਚਾ ਦੱਸਦੇ ਸੀ ਉੱਥੇ ਤੁਹਾਡੇ ਕੋਲ ਘਰ ਲੈ ਆਉਂਦੇ ਸ਼ਿਕੰਜਵੀ ਲੱਭ ਜੂ ਸ਼ਿਕੰਜਵੀ ਯਾਰ ਤੈਨੂੰ ਜਲੂਸ ਚੋਂ ਕੱਢਿਆ ਆ ਵੀ ਤੇਰਾ ਦਿਲ ਘਬਰਾ ਗਿਆ ਤੈਨੂੰ ਸ਼ਿਕੰਜਵੀ ਦੇਣੀ ਆ ਤੈਨੂੰ ਕਹਿਣ ਡਿਆ ਵੀ ਜਾਨਵਰ ਦੱਸ ਕਿਹੜਾ ਹੈਗਾ ਆ ਉਹਦੇ ਨਾਲ ਬਹਿ ਕੇ ਤੁਹਾਡੇ ਨਾਲ ਗੱਲ ਕਰ ਲਈਏ ਜਿਹੜੇ ਹੈਗੇ ਬਹਿ ਕੇ ਨਹੀਂ ਆਪਾਂ ਗੱਲ ਕਰਨੀ ਚਲੋ ਅੱਜ ਵਧੌੜ ਕੇ ਕਰੀ ਆ ਜਾ ਨਸ ਕੇ ਉਧਰ ਸੜਕਾਂ ਲਾ ਕੇ ਚੱਲ ਜਲਦੇ ਉਧਰ ਸ਼ਿਕੰਜਵੀ ਪੀ ਜੇ ਆਪਾਂ ਲੰਮੇ ਪੈ ਕੇ ਗੱਲ ਕਰੀਏ ਲੰਮੇ ਪੈ ਰੋ ਕੀ ਬੋਤਲ ਲੱਗੀ ਏ ਤੇਰੇ ਹੈ ਵੀ ਪੈਂਡਸ ਦਾ ਆਪਰੇਸ਼ਨ ਹੋਇਆ ਤੇਰੇ ਟਾਂਕੇ ਹਿੱਲ ਜਾਣੇ ਆ ਤੇ ਇੱਥੇ ਖਲੋ ਕੇ ਜਿਹੜੀ ਗੱਲ ਕਰਨੀ ਉਹ ਕਰ ਤੂੰ ਪਹਿਲਾਂ ਇਹ ਨਹੀਂ ਦੱਸਣ ਡਿਆ ਵੀ ਜਾਨਵਰ ਤੈਨੂੰ ਇਹ ਅੱਛਾ ਲੱਗਾ ਜਾਂ ਉਹ ਲੱਗਾ ਆ ਉਹ ਹਿਸਾਬ ਨਾਲ ਦੱਸ ਤੈਨੂੰ ਦੱਸੀਏ ਵੀ ਭਾਈ ਕਿੰਨੇ ਪੈਸੇ ਬਣਦੇ ਆ ਜਾਨਵਰ ਕਿਹੜੇ ਆਹ ਜਿਹੜੇ ਖਲੋਤੇ ਆ ਜਾਨਵਰ ਆ ਯਾਰ ਤੂੰ ਗਜਲੀ ਆ ਭਰਾਵਾ ਮੈਨੂੰ ਦੱਸ ਦੇ ਤੇਰੇ ਕੋਈ ਸੱਟ ਵੱਜੀ ਆ ਤੇਰੇ ਦਿਮਾਗ ਦੇ ਵਿੱਚ ਤੈਨੂੰ ਗੱਲ ਹੋਰ ਦੱਸਦੇ ਆ ਸਹੀ ਆ ਗੱਲ ਹੋਰ ਕਰਦੇ ਸਹੀ ਆ ਹੋ ਸਕਦਾ ਭਾਈ ਹੋ ਸਕਦਾ ਅਸੀਂ ਕੀ ਕਹਿ ਸਕਦੇ ਆ ਸਾਡੀ ਤੁਹਾਡੀ ਕਹਿੰਦਾ ਲੜਾਈ ਆ ਇਹ ਤੁਹਾਨੂੰ ਤੁਹਾਨੂੰ ਅਸੀਂ 6 ਚ ਦੇ ਦਿੰਨੇ ਆ 6 ਰੁਪਏ ਚ 6 ਰੁਪਏ ਦੇ ਵਿੱਚ ਯਾਰ ਕੀ ਗੱਲ ਆ ਕਲਵੰਜੀ ਲੈਣ ਆਇਆ ਤੂੰ ਸੌਂਫ ਲੈਣ ਆਇਆ ਤੂੰ 6 ਰੁਪਈਏ ਦੇ ਵਿੱਚ ਤੇ ਭਰਾਵਾ ਚੰਗਾ ਭਲਾ ਤੂੰ ਬੰਦਾ ਗੱਡੀ ਲਾ ਕੇ ਤੂੰ ਆਉਣ ਡਿਆ ਆ 6 ਰੁਪਈਏ 6 ਰੁਪਈਏ 5 ਰੁਪਈਏ ਸਿੰਘ ਹੈਗਾ ਉਹ ਹੈਗਾ ਗੱਲ ਕਰਨ ਵਾਲੀ ਕਰ ਜਿਹੜੀ ਕਰਨੀ ਆ ਇਹਦੇ ਰੱਸੇ ਦੇ ਕਿੰਨੇ ਪੈਸੇ ਆ ਰੱਸੇ ਰੱਸੇ ਨੂੰ ਛੱਡੋ ਤੁਸੀਂ ਭਾਜੀ ਜਾਨਵਰ ਦੀ ਗੱਲ ਕਰੋ ਨਹੀਂ ਨਹੀਂ ਰੱਸੇ ਦੀ ਆਪਾਂ ਪਹਿਲੇ ਗੱਲ ਕਰਨੀ ਆ ਆਪਾਂ ਛੋਟੇ ਸੌਦੇ ਤੋਂ ਵੱਡੇ ਸੌਦੇ ਤੇ ਜਾਣਾ ਰੱਸਾ ਕਿੰਨੇ ਦਾ ਇਹਦਾ ਭਾਜੀ ਰੱਸਾ ਤੁਹਾਨੂੰ ਫ੍ਰੀ ਦੇ ਦੇਵਾਂਗੇ ਰੱਸੇ ਦੇ ਕੋਈ ਪੈਸੇ ਨਹੀਂ ਉਹ ਮੈਨੂੰ ਫਿਰ ਸਿਰਫ ਦੇ ਦਿਓ ਤੁਸੀਂ ਹੈ ਸਿਰਫ ਰੱਸਾ ਹੀ ਦੇ ਦਿਓ ਹਾਂਜੀ ਰੱਸਾ ਭਾਏ ਲੱਗਣਾ ਘਰ ਜਾ ਕੇ ਕਿਤੇ ਗੱਲ 'ਚ ਪਾ ਕੇ ਤੂੰ ਕਿਤੇ ਲਮਕਣਾ ਆ ਪੱਖੇ ਦੇ ਨਾਲ ਢੁੱਡ ਮਾਰਦਾ ਹੈ ਹੈ ਢੁੱਡ ਅੱਗੇ ਉਹ ਇੱਧਰ ਆ ਜਰਾ ਇਹਨੂੰ ਲੈ ਕੇ ਜਾ ਜਰਾ ਕਿਸੇ ਪਾਸੇ ਇਹਨੂੰ ਨਹੀਂ ਨਹੀਂ ਮੈਂ ਤੁਹਾਨੂੰ ਪੁੱਛਣ ਨੇ ਆ ਤੁਸੀਂ ਢੁੱਡ ਮਾਰਦੇ ਮੈਨੂੰ ਢੁੱਡ ਕਿਉਂ ਮਾਰਨੀ ਆ ਯਾਰ ਨਹੀਂ ਨਹੀਂ ਤੁਸੀਂ ਢੁੱਡ ਮਾਰਦੇ ਆ ਓ ਯਾਰ ਸਾਡਾ ਮਾਲਕ ਆ ਕੇ ਭੇਡੂ ਆ ਕੇ ਢੁੱਡਾ ਮਾਰਨ ਡਿਆ ਵੀ ਤੇਰੇ ਬਕਵਾਸ ਨਾ ਕਰਿਆ ਕਰ ਇਸ਼ਾਰਿਆ ਵੱਡੇ ਬੱਚੇ ਵਾਲੇ ਭਾਜੀ ਦੇਖੋ ਤੁਹਾਡੇ ਨਾਲ ਅਸੀਂ ਗੱਲ ਕਰਨ ਡਏ ਆ ਕਿ ਵੀ ਜਿਹੜੇ ਮੇਰੇ ਦੇਖ ਨਾ ਓਏ ਥੱਲੇ ਦੇਖ ਮੁੰਡਿਆ ਆ ਦਾਈ ਜਿਹਾ ਬੰਦਾ ਆ ਥੱਲੇ ਦੇਖ ਭਾਜੀ ਤੁਸੀਂ ਗੱਲ ਸੁਣੋ ਫੇ ਮੇਰੇ ਵਾਲ ਦੇਖਣ ਡਿਆ ਓ ਯਾਰ ਭਾਈ ਮੈਂ ਤੇ ਆਨੇ ਬਾਹਰ ਕੱਢ ਦੇਣੇ ਆ ਨਾ 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 ਓਏ ਮੁੰਡਿਆ ਥੱਲੇ ਵੇਖ ਲੈ ਓਏ ਇਹਨੂੰ ਮੰਡਿਓ ਬਾਹਰ ਰਾਮ ਦੀਆ ਲਾਸ਼ ਆ ਉਹ ਉਹਨੂੰ ਵੇਖਣਾ ਵੀ ਲਾਸ਼ ਕੌਣ ਲਾਸ਼ ਕੌਣ ਆ ਜਿਹੜਾ ਦੇਖਣ ਡਿਆ ਨਹੀਂ ਉਹਨੂੰ ਕਹਿ ਕੇ ਲਾਸ਼ ਦੇਖਣੇ ਮੈਂ ਲਾਸ਼ ਨਹੀਂ ਉਹਨੂੰ ਕਹਿਣ ਡਿਆ ਵੀ ਲਾਸ਼ ਆ ਤੂੰ ਐ ਦੇਖੀ ਜਾਂਦਾ ਅਗਲੇ ਮੂੰਹ ਵੇਖਦਾ ਆ ਹੈ ਕੀ ਆ ਹੈ ਆ ਕੀ ਆ ਆ ਜਿਹੜਾ ਹਾਂ ਇਹਦਾ ਤੁਹਾਨੂੰ ਪਤਾ ਨਹੀਂ ਇਹ ਭਾਜੀ ਸਾਡਾ ਬਹਿਨੋਈ ਆ ਆ ਹਾਂ ਇਹ ਬੱਚੇ ਲੈਣ ਆਇਆ ਸੀ ਨਹੀਂ ਤੋਰਨ ਦਾ ਉਹ ਬੱਚਾ ਵਾਨਾ ਆਇਆ ਤੂੰ ਤੋਰ ਦਿਓ ਹੈ ਤੋਰੋ ਤੋਰੋ ਨਹੀਂ ਭਾਜੀ ਇੰਨੀ ਗਰਮੀ ਆਪਣੇ ਘਰ ਜਾ ਕੇ ਰਹਿਣ ਖਾਣ ਪੀਣ ਨਹੀਂ ਭਾਜੀ ਮੁੰਡਾ ਕੰਮ ਹੀ ਨਹੀਂ ਕਰਦਾ ਅਸੀਂ ਕਿਸੇ ਤੋਰ ਦੀ ਆ ਅਸੀਂ ਕਿਤੇ ਤੋਰ ਦਈਏ ਅਸੀਂ ਜੰਮੀਆਂ ਵਾਲੇ ਆ ਤੈਨੂੰ ਕਹਿਣ ਡਏ ਆ ਵੀ ਇਹ ਲੈਣਾ ਆ ਸੌਦਾ ਦੱਸ ਵੀ ਤੇਨਾ ਪੈਸੇ ਮਕਾਈਏ ਅਸੀਂ ਕੋਈ ਹੋਰ ਕੰਮ ਦੇ ਮੱਥੇ ਲੱਗੀਏ ਕੀ ਲੈਣਾ ਹੈ ਕੀ 6:30 ਦੇ ਦੇ ਚੱਲ ਜਾ ਸਭ ਗੱਲ ਨਾ ਕਰੀ ਹੁਣ ਕੋਈ ਵੀ 6:30 ਦੇ ਕਾਦਾ ਆ ਇਹਦਾ ਇਹ ਕੀ ਹੈ ਹੈ ਕੀ ਹੈ ਇਹ ਲੈਣ ਕੀ ਆ ਕੌਣ ਤੂੰ ਮੈਂ ਆਹੋ ਕਦੋਂ ਆਪਣੇ ਸਾਧ ਆਵਾਜ਼ ਤੇ ਆ ਕੇ ਇਹਨਾਂ ਗੱਲ ਕਰ ਗੱਲ ਕਰ ਇਹਨਾਂ ਤੈਨੂੰ ਮੈਂ ਕਹੀ ਜਾਂਦਾ ਉਹਨਾਂ ਗਾਹਕ ਦੇਖ ਲਿਆ ਘਰ ਉਸਤਾਦ ਜੀ ਹੁਣ ਬਕਵਾਸ ਕਰਦਾ ਕੁੱਤੇ ਆ ਉਰੇ ਆ ਜਾ ਅੱਧਾ ਕਹਿੰਦਾ ਹੋ ਗਿਆ ਉਹਦੇ ਨਾਲ ਬੋਲੀ ਜਾਂਦਾ ਤੂੰ ਕੀ ਗੱਲ ਆ ਭਾਈ ਤੈਨੂੰ ਆ ਤੇਰੇ ਜਿਹੜੇ ਜੋਗਰ ਆ ਕੀ ਗੱਲ ਆ ਇਹ ਵਪਾਰੀਆਂ ਵਾਲੇ ਤੈਨੂੰ ਭਾਈ ਤੰਗੀ ਆ ਕੋਈ ਜਿੱਦਾਂ ਦੇ ਮਰਜ਼ੀ ਪਾਈ ਅਸੀਂ ਅੱਲਾ ਦੀ ਰਹਿਮਤ ਦੇ ਨਾਲ ਅਸੀਂ ਕਿਹੜਾ ਕੋਈ ਮਸੱਲੀ ਮਸੂਲੀ ਆ ਆ ਜਾਨਵਰ ਮੇਰੇ ਬੰਨੇ ਆ ਸਾਰੇ ਪਾਜੀ ਓ ਯਾਰ ਪਰੇ ਹੋ ਕੇ ਤਾਂ ਗੱਲ ਕਰ ਪਰੇ ਹੋ ਸੜਿਆ ਮੇਰੇ ਸਿਰ ਤੇ ਚੜੀ ਹੁਣ ਤੂੰ ਸੜਿਆ ਆ ਪਿਛਾਲੇ ਪਏ ਆ ਤੇਰੇ
ਹੱਦ ਹੋ ਗਈ ਹੈ ਤੇਰੀ ਬਈ ਹੱਦ ਹੋ ਗਈ ਹੈ ਕਿਆ ਕੰਮ ਕਰ ਜਾ ਕੇ ਤੁਸੀਂ ਬੱਚਾ ਲੈਣਾ ਲਵੋ ਨਹੀਂ ਲੈਣਾ ਤਾਂ ਤੁਸੀਂ ਜਾਓ ਤੁਸੀਂ ਸਤਾਓ ਨਾ ਸਾਨੂੰ ਬੱਚਾ ਕਿੱਥੇ ਹੈ ਬੱਚਾ ਆ ਬੱਚਾ ਹੀ ਆ ਆ ਤੇਰੇ ਭਾਰਜੇ ਬੰਨੇ ਆ ਸੀ ਆ ਜਿਹੜੇ ਆ ਆ ਬੱਚਾ ਹੀ ਆ ਇਹ ਹੋ ਸਕਦਾ ਹੈ ਭਾਈ ਹੋ ਕੇ ਸਕਦਾ ਹੈ ਆ ਇਹ ਹੋਏਗਾ ਭਾਈ ਇਸ ਤੇ ਇਸ ਗੱਲ ਨੂੰ ਅਸੀਂ ਤੇ ਇਸ ਨੂੰ ਹੈਗਾ ਹੋ ਸਕਦਾ ਸਹੀ ਆ ਹੋ ਸਕਦਾ ਲੈ ਹੈ ਹੋ ਤੂੰ ਚੰਗਾ ਸਾਨੂੰ ਪਾਗਲ ਕੀਤਾ ਆ ਸਹੀ ਹੈ ਭਾਈ ਸਹੀ ਹੈ ਉਹ ਜਦੋਂ ਦਾ ਤੂੰ ਆਇਆ ਬੱਚਿਆਂ ਦੇ ਖਾਣਾ ਛੱਡਦਾ ਜਾ ਸਾਡੀ ਜਾਨ ਛੱਡ ਦੇ ਅੱਲਾ ਦਾ ਵਾਸਤਾ ਹੀ ਛੱਡ ਦੇ ਜਾਨ ਇਹਦੀ ਛੱਡ ਦੇ ਉਹ ਭਾਈ ਤੈਨੂੰ ਕਹਿਣ ਦੇ ਆ ਮੈਨੂੰ ਚੋਰੀ ਕੋਈ ਤੈਨੂੰ ਕਹਿਣ ਦੇ ਆ ਚੱਲ ਕੰਮ ਕਰ ਮੁੰਡਿਆ ਆਪਣਾ ਸਹੀ ਸਾਹਿਬ ਗਰਮੀ ਸਰਦੀ ਗਾਹਕ ਨਾ ਨਹੀਂ ਕਰੀਦੀ ਹੁੰਦੀ ਗਾਹਕ ਦੀ ਗੱਲ ਠੰਡੇ ਦਿਮਾਗ ਨਾਲ ਸੁਣ ਲਈ ਯਾਰ ਠੰਡੇ ਦਿਮਾਗ ਕਿੰਨਾ ਬਰਫ ਰੱਖ ਕੇ ਸੁਣ ਲਈਏ ਹੁਣ ਉੱਤੇ ਵੀ ਦਿਮਾਗ 'ਚ ਬਰਫ ਰੱਖ ਲਈਏ ਤੈਨੂੰ ਕਹਿਣ ਦੇ ਆ ਵੀ 7 ਲੱਖ ਦਾ ਕਹਿਣ ਦੇ 6.5 ਦਾ ਤੈਨੂੰ ਚੁਕਾਉਣ ਦੇ ਆ ਵੀ 7 ਲੱਖ ਰੁਪਿਆ ਆਹੋ ਫਾਈਨਲ ਆਹੋ ਕਾਦਾ ਹੈ ਕਾਦਾ ਆ ਸਾਡੇ ਦੋ ਜਾਨਵਰ ਤੇ ਸਾਡੇ ਸਮੇਤ ਆ ਸਾਨੂੰ ਵਿੱਚ ਪਾ ਲਾ ਅਸੀਂ ਨਿਆਣੇ ਵੀ ਲੈ ਆਉਂਦੇ ਘਰੋਂ ਵੀ ਵਿੱਚ ਪਾ ਲਾ ਹੈ ਨਾਨਾ ਮੇਰਾ ਆਇਆ ਮਿਲਣ ਵਾਸਤੇ ਉਹ ਵੀ ਵਿੱਚ ਪਾ ਲਾ 6.5 ਲੱਖ ਦੇ ਵਿੱਚ ਭਾਜੀ ਤੁਸੀਂ ਸਾਡਾ ਸਾਰਾ ਘਰ ਖਰੀਦ ਲਓ ਸਿਰ ਖਾਣ ਡਿਆ ਬੰਦਾ ਪਾਗਲ ਆ ਪਤਾ ਨਹੀਂ ਤੁਸੀਂ ਮੈਨੂੰ ਅੱਜ ਦੇ ਕੇ ਧੋਰਨਾ ਲੈ ਜਾਓ ਕਿੰਨੇ ਦਾ ਹੈ ਕਿੰਨੇ ਦਾ ਚਲੋ 6.5 ਜੋ ਵੀ 10 ਘੱਟ ਦੇ ਦੋ ਚਲੋ ਜਾਓ 6.5 ਹਾਂ ਯਾਰ ਤੂੰ ਸੈਂਡਲ ਖਰੀਦਣ ਡਿਆ ਇੱਥੇ ਮੈਨੂੰ ਦੱਸ ਦੇ ਹੈ ਤੂੰ ਸੈਂਡਲ ਖਰੀਦਣ ਡਿਆ ਇੱਥੇ ਵੀ ਤੂੰ ਜੁੱਤੀ ਖਰੀਦੀ ਹੈ ਤੈਨੂੰ 600 ਹੀ ਦੇ ਦਈਏ ਅਸੀਂ ਤੁਰਦਾ ਇਹ ਹੈ ਤੁਰਦਾ ਨਹੀਂ ਭਾਜੀ ਅਜੇ ਬਾਕਰ ਜੇ ਭਾਜੀ ਦਾ ਆ ਹਜੇ ਰੇਟ ਦਾ ਆਇਆ ਕਰਕੇ ਰੇਟ ਦਾ ਆ ਉਹ ਭਾਈ ਤੁਰਦਾ ਆ ਇਹਨੂੰ ਫੜ ਕੇ ਜਿੱਧਰ ਮਰਜ਼ੀ ਲੈ ਜਾ ਮਸਤ ਵੱਛੇ ਵੇਚਣ ਆਇਆ ਸੀ ਰਿੜਦਾ ਕਰਨ ਕੀ ਆਇਆ ਤੂੰ ਗੱਡੀ ਤੂੰ ਇੰਜ ਲਾਈ ਆ ਵੀ ਜਿਵੇਂ 3 ਵੱਛੇ ਲੈ ਕੇ ਜਾਣੇ ਆ ਐ ਦਿਮਾਗ ਤੂੰ ਸਾਡਾ ਤੂੰ ਇੰਜ ਖਾਦਾ ਆ ਕੇ ਕਿਨੇ ਹੋ ਹੈ ਹੈ ਉਹ ਚੱਲ ਜਾ ਭਾਈ ਦਿਮਾਗ ਨਾ ਖਰਾਬ ਕਰ ਜਾ ਜਾ ਕੰਮ ਕਰ ਜਾ ਕੇ ਇਹ 6 ਦਿਨ ਪਹਿ ਤੂੰ ਪਹਿਲੇ ਸਾਡਾ ਸਿਆਪਾ ਪਾਤਾ ਆਓ ਤੁਸੀਂ ਚਲ ਸਾਹਿਬ ਬੈਠੋ ਉਹ ਚੱਲ ਭੱਜ ਜਾ ਗੱਲ ਕਰਨ ਦੇ ਆ ਤੂੰ ਬਹੁਤੀ ਵੇਖਦਾ ਵੇ ਕਿੰਨੇ ਦਾ ਇਹਦਾ ਸਿੰਘ ਕਿੰਨੇ ਦਾ ਇਹਦੇ ਵਿੱਚ ਖੱਲ ਹੈਗੀ ਖੱਲ ਦੇ ਵਿੱਚ ਬੋਟੀ ਹੈਗੀ ਇਹਦੇ ਗੋਜਰੀ ਦੇ ਦੇ ਹੈ ਦੇ ਦੇ ਦਿਲ ਤਾਂ ਕਰਦਾ ਵੀ ਤੇਰੇ ਪੱਲੇ ਨਹੀਂ ਤਾਂ ਬੱਚੇ ਲੈਣ ਟੁਰਿਆ ਜਾ ਉੱਥੋਂ ਕਿਤੇ ਕੁਕੜੀ ਲੈ ਕੇ ਕੁਰਬਾਨੀ ਦੇ ਜਾ ਕੇ ਇਹ ਤੁਰਦਾ ਹੈ ਨਹੀਂ ਭਾਜੀ ਹਜੇ ਨਹੀਂ ਤੁਰਦਾ ਪਤਾ ਕੀ ਹਾਲ ਆ ਹਜੇ ਹੈਗਾ 7 ਮਹੀਨਿਆਂ ਦਾ ਤੇ ਅਜੇ ਤਾਂ ਗਰਾਈ ਵਾਟਰ ਵਗੈਰਾ ਦਿੰਦੇ ਆ ਠੀਕ ਆ ਜੀ ਤੁਰ ਪਏ ਗੱਲ ਆ ਖੈਰ ਕਰ ਗਰਾਈ ਵਾਟਰ ਪੀਂਦਾ ਹਾਂਜੀ ਕੌਣ ਆ ਭਾਣਜਾ ਤੇਰਾ ਆ ਤੇਰਾ ਮਾਮੂ ਰਜ਼ਾਕ ਆਇਆ ਜਿਹੜਾ ਪਾਗਲ ਹੋਇਆ ਸੀ ਜਿਹੜਾ ਟਹਿਣਾ ਵੱਜਿਆ ਸੀ ਦਿਮਾਗ ਦੇ ਵਿੱਚ ਉਹ ਆਇਆ ਜਿਹੜੇ ਦਿਮਾਗ ਦਾ ਆਪਰੇਸ਼ਨ ਹੋਇਆ ਸੀ ਮਾਮੂ ਹੋ ਤੁਸੀਂ ਇਹਦੇ ਆਇਆ ਮਾਮਾ ਤੇਰਾ ਪੁੱਤੋ ਇਹ ਵੇਖ ਲਾ ਇੱਧਰ ਨੂੰ ਹੋ ਕੇ ਵੇਖ ਲਾ ਇਹਨੂੰ ਇਹਨੂੰ ਵੇਖ ਜਾ ਦਿਖਾ ਅੱਗੇ ਹੋ ਗਏ ਉਹਨੂੰ ਉਹ ਅੱਗੇ ਹੋ ਕੇ ਦਿਖਾ ਚੱਲ ਚੱਲ ਅੱਗੇ ਹੋ ਕੇ ਦਿਖਾ ਆ ਦੇਖ ਲਾ ਲੈ ਉਹ ਵੀ ਨਹੀਂ ਮੰਨਦਾ ਤੈਨੂੰ ਚਲੋ ਬਹਿ ਜਾਓ ਤੁਸੀਂ ਉੱਥੇ ਬਹਿ ਜਾਓ ਯਾਰ ਸਾਡੀ ਗੱਡੀ ਜਾਣ ਵਾਲੀ ਹੈ ਅਸੀਂ 9 ਨੰਬਰ ਵੈਗਨ 'ਚ ਬੈਠੇ ਹਾਂ ਵੈਗਨ ਕੱਢ ਲੈਣੀ ਉਹਨਾਂ ਨੇ ਸਾਡਾ ਮਾਲ ਆ ਅਸੀਂ ਕੱਢ ਕੇ ਇੱਥੇ ਮਾਲ ਵੇਚ ਜਾਣਾ ਹੈ ਯਾ ਖੁਦਾ ਦਾ ਨਾ ਕਦੀ ਤੇਰੇ ਵਰਗਾ ਸਾਨੂੰ ਗਾਹਕ ਨਹੀਂ ਟੱਕਰਿਆ ਐਸਾ ਮਨਹੂਸ ਗਾਹਕ ਆ ਤੂੰ ਤੈਨੂੰ ਮੈਂ ਕਿਹਾ ਸੀ ਵੀ ਇਹਨਾਂ ਸਲਾਈ ਪੈ ਤੈਨੂੰ ਹੁਣ ਗਾਹਕ ਦੇ ਮੱਥੇ ਤੇ ਲਿਖਿਆ ਕਿ ਇਹਨੇ ਸਾਡੇ ਨਾਲ ਨਾ ਇਹਦੇ ਚੰਡਾ ਮਾਰਨੀ ਹੈ ਮੈਨੂੰ ਇਹ ਨਹੀਂ ਪਤਾ ਵੀ ਇਹ ਪਿੱਛੋਂ ਕਿਹੜਾ ਸਾਡਾ ਚੰਡਾ ਹੁਣ ਮਾਰਨੀ ਹੈ ਜਦੋਂ ਮੂੰਹ ਤੇ ਸੀ ਉਦੋਂ ਪਿੱਛੇ ਪਿੱਛੇ ਹੋਈ ਜਾਣਦੇ ਤੁਸੀਂ ਨਾ ਲੜੋ ਨਾ ਇੱਕ ਦੂਜੇ ਤੇ ਕਿਉਂ ਤੁਸੀਂ ਇੱਕ ਦੂਜੇ ਦੇ ਚੰਡਾ ਮਾਰਨੀ ਹੈ ਉਹ ਯਾਰ ਜਾ ਤੈਨੂੰ ਅੱਲਾ ਦਾ ਵਾਸਤਾ ਹੀ ਜਾ ਤੂੰ ਸਾਨੂੰ ਲੜਾਉਣਾ ਇੱਥੇ ਯਾਰ ਤੇਰੀ ਮਿਹਰਬਾਨੀ ਯਾਰ ਜਾ ਚੱਲ ਜਾ ਜਾ ਚੱਲ ਜਾ ਤੇਰੇ ਸਿਆਣੇ ਬਿਆਣੇ ਤੁਸੀਂ ਬੰਦੇ ਇੱਕ ਦੂਜੇ ਦੇ ਚੰਡਾ ਮਾਰਨ ਦੇ ਉਹ ਜਾ ਯਾਰ ਚੱਲ ਜਾ ਤੈਨੂੰ ਕਹਿਣ ਦੇ ਆ ਜਾ ਚੱਲ ਜਾ ਪਾਜੀ ਦੱਸੋ ਕੀ ਦਿੰਦੇ ਹੋ ਗੱਲ ਕਰੋ ਤੁਸੀਂ ਦੱਸੋ ਕੀ ਲੈਣੇ ਆ ਹੈ ਚਲੋ 7 ਦੱਸਿਆ ਹਾਂਜੀ ਕੱਕ ਦੇਰ 5 ਘੱਟ ਦੇ ਦਿਓ ਚਲੋ 2500 ਉਹ 5000 ਘੱਟ ਦੇ ਦਿਓ ਭਾਜੀ ਆ ਤੂੰ ਮੰਡੀ ਡੰਗਰ ਲੈਣ ਆਇਆ ਜਾਂ ਤੂੰ 에ਅਰ ਕੂਲਰ ਠੀਕ ਕਰਾਉਣ ਆਇਆ 2500 ਲੈ ਲੈ ਤੇ ਫਲਾਨਾ ਲੈ ਲੈ ਇਹ ਫੁੱਟਾਂ ਦੇ ਹਿਸਾਬ ਨਾਲ ਮੈਨੂੰ ਕੀ ਫੁੱਟ ਪਏਗਾ ਹੈ ਫੁੱਟਾਂ ਦੇ ਹਿਸਾਬ ਨਾਲ ਭਾਜੀ ਤੁਸੀਂ ਡੰਗਰ ਲੈਣਾ ਸਾਡੇ ਕੋਲ ਸਰੀਆ ਲੈਣ ਆਏ ਆ ਤੁਸੀਂ ਹੈ ਗੱਲ ਅਸੀਂ ਹੋਰ ਕਰਦੇ ਤੁਹਾਨੂੰ ਫੁੱਟਾਂ ਦੇ ਹਿਸਾਬ ਨਾਲ ਅਸੀਂ ਲਾ ਕੇ ਦਈਏ ਕੈਸਾ ਤੂੰ ਬੰਦਾ ਹੈ ਯਾਰ ਸਮਝਦਾਰ ਆਦਮੀ ਆ ਫੇਰ ਤੂੰ ਇਦਾਂ ਦੀਆਂ ਗੱਲਾਂ ਕਰੀ ਜਾਂਦਾ ਕੱਲਾ ਹੀ ਆਇਆ ਬਾਤ ਹਾਂਜੀ ਤੂੰ ਘਰ ਨਹੀਂ ਜਾਣਾ ਕਿਉਂ ਤੇਰੀ ਮੌਤ ਹੋ ਜਾਣੀ ਕਿਸੇ ਦੇ ਹੱਥੋਂ ਜੰਡ ਦੀਆਂ ਗੱਲਾਂ ਕਰਨ ਦੇ ਸਹੀ ਹੈ ਭਾਈ ਅਸੀਂ ਕੀ ਕਹਿ ਸਕਦੇ ਹਾਂ ਸਿਆਣੇ ਬੰਦੇ ਤੁਸੀਂ ਸਿਆਣੀਆਂ ਗੱਲਾਂ ਕਰਦੇ ਆ ਚੱਲ ਦੱਸ ਕਿੰਨੇ ਦਿਨ ਦਾ ਹੈ ਤੂੰ ਦੱਸ ਚੱਲ
पांच होर कटा देंगे छे सत्तर देने चल छे सौ सत्तर और छे लाख सत्तर हजार रुपया यार तू कि नहीं गल करी जाना है नहीं कल जो मैं तेरे को लै जावा इचों जे ओजरी ना निकली फिर ओजरी ना निकली भाजी तो अभी बंदा अपना भेज दें चल गल करो अभी बंदा अपना भेज दें जानवर साडा बंदा करेगा मैं इन भोरा ओजरी चेक करा दो ना तेन ओजरी कितों चेक करा दी अभी कित पतीला लाया ओजरी का भी नाश्ता ला के बैठे हैं तो झालते फिर साढ़े नाल तेन चेक करा दो नहीं तू असल च भाई लगन डे शक्लों झूठा जहा बंदा आ तेरा तो नूर गोडिया तक आया है तेरवा जानवर बेचन लगे लैण आए है तू आया चिट्टा सूट तू इंज पाया जिवें पता नहीं मेहरबानी ना मालक है मेरे कत्ती जानवर आ चिट्टा ना पावा लिट जावा इत भी तू आया जानवर जा उ मूडे से बह जाके जा तू भी कम कर जाके चलो जा हरी जानवर चल बड़े जानवर बड़े जानवर दोनों नु तुहानू इत्थे लम्मिया पा लैणा लम्मिया पा लैणे की गल आ लै साडे कोल इंज जिवें हवालदार बच्चा लैणा आ लम्मिया पा लैणे तू जा कम कर जाके अपना चल जा चल जा चंडा मार दे तैनू कन्न जा दबा हो जा तू जा भाई जा जा खुदा दा नाम ही जा खरीदण आया तू एडा खरीदार बहुता ऐदां दे गाह कौन दबा हो जा कुत्ते आ तेनू मैं कही जांदा ऐ तेरे गाह कि मैं बुलाया जी उहनू।